ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ। ਚੋਰਾਂ ਦੇ ਹੌਸਲੇ ਇੰਨੇ ਕੁ ਬੁਲੰਦ ਹੋ ਚੁੱਕੇ ਨੇ ਕਿ ਕਿਸੇ ਵੀ ਇਲਾਕੇ ਦੇ ਵਿੱਚ ਬੇਖੌਫ ਹੋ ਕੇ ਸੇਧਮਾਰੀ ਕਰਦੇ ਨੇ, ਸੰਨਮਾਰੀ ਕਰਦੇ ਨੇ ਤੇ ਜੋ ਦਿਲ ਚਾਹੁੰਦਾ ਹੈਗਾ ਉਹਨਾਂ ਦਾ ਉਹ ਕਰਕੇ ਨਿਕਲ ਜਾਂਦੇ ਨੇ ਚੁੱਪਚਾਪ, ਪਰ ਪੁਲਿਸ ਕੋਲ ਹਜੇ ਤੀਕਰ ਕੁਝ ਵੀ ਨਹੀਂ ਹੈ। ਜੇ ਮੈਂ ਇਸ ਵੇਲੇ ਦੀ ਗੱਲ ਕਰਾਂ, ਮਿੱਠਾਪੁਰ ਇਲਾਕੇ ਦੇ ਵਿੱਚ ਮੈਂ ਮੌਜੂਦ ਹਾਂ। ਪ੍ਰਗਟ ਸਿੰਘ ਦਾ ਘਰ ਥੋੜ੍ਹੀ ਦੂਰੀ ਤੋਂ ਜਾ ਕੇ ਰਾਈਟ ਸਾਈਡ ਲੈਫਟ ਸਾਈਡ ਜਦੋਂ ਮੁੜਦੇ ਹਾਂ ਉਸ ਜਗ੍ਹਾ ਤੇ ਉਹਨਾਂ ਦਾ ਘਰ ਆ ਜਾਂਦਾ ਹੈ। ਔਰ ਇਸ ਦੁਕਾਨ ਦੇ ਉੱਤੇ ਟਾਂਗਰਾ ਮੋਬਾਈਲ ਸ਼ਾਪ ਹੈਗੀ ਹੈ ਜਿਹੜੀ ਮਿੱਠਾਪੁਰ ਦੇ ਵਿੱਚ, ਇੱਥੇ ਸੰਨਮਾਰੀ ਕੀਤੀ ਗਈ ਹੈ ਚੋਰਾਂ ਵੱਲੋਂ। ਮੈਂ ਥੋੜ੍ਹੀਆਂ ਜਿਹੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਕਿੱਦਾਂ ਫਿਲਮੀ ਸਟਾਈਲ ਦੇ ਵਿੱਚ ਉਹ ਸੰਨਮਾਰੀ ਕਰਦੇ ਨੇ ਤੇ ਕਿਸ ਤਰੀਕੇ ਦੇ ਨਾਲ ਜਿਹੜੀ ਚੋਰੀ ਹੈਗੀ ਆ ਉਸ ਚੋਰੀ ਨੂੰ ਅੰਜਾਮ ਦਿੰਦਾ ਜਾਂਦਾ। ਇੱਕ ਮੈਂ ਪਹਿਲਾਂ ਤਸਵੀਰ ਦਿਖਾਊਂਗਾ ਆਹ ਅਲਮਾਰੀ ਦੀ, ਜਿਹੜੀ ਇੱਥੇ ਅਲਮੀਰਾ ਰੱਖੀ ਗਈ ਹੈ, ਇਹ ਲੋਕਰ ਰੱਖਿਆ ਗਿਆ। ਇਹਦੇ ਵਿੱਚ ਮੋਬਾਈਲ ਸੀਗੇ, ਮੋਬਾਈਲ ਫੋਨ ਪਏ, ਨਵੇਂ ਸ਼ਾਇਦ ਪੁਰਾਣੇ ਵੀ ਹੋ ਸਕਦੇ, ਵਿੱਚ ਥੱਲੇ ਡੱਬੇ ਖਿਲਰੇ ਹੋਏ ਉਹਨਾਂ ਦੇ। ਇਹਨੂੰ ਤੋੜਿਆ ਗਿਆ, ਇਹਦੇ ਵਿੱਚੋਂ ਜਿੰਨੇ ਵੀ ਮੋਬਾਈਲ ਸੀਗੇ ਸਾਰੇ ਦੇ ਸਾਰੇ ਨਵੇਂ ਪੁਰਾਣੇ ਮੋਬਾਈਲ ਸੀਗੇ ਜਿਹੜੇ ਉਹ ਇੱਥੋਂ ਚੋਰੀ ਕੀਤੇ ਗਏ। ਦੂਸਰੀ ਗੱਲ ਜਿਹੜੀ ਸੰਨਮਾਰੀ ਕੀਤੀ ਆ ਉਹਦੇ ਬਾਰੇ ਜ਼ਰੂਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜਾ ਛੱਤ ਰਾਹੀਂ ਰਸਤਾ ਰੱਖਿਆ ਹੋਇਆ ਸੀਗਾ ਉਸ ਨੂੰ ਤੋੜ ਕੇ ਬਿਲਕੁਲ ਆਹ ਸਰੀਏ ਜਿਹੜੇ ਹੈਗੇ, ਤਿੰਨ ਚਾਰ ਸਰੀਏ ਜਿਹੜੇ ਹੈਗੇ, ਇਹਨਾਂ ਨੂੰ ਟੇਢਿਆ ਕੀਤਾ ਗਿਆ। ਔਰ ਬੜੀ ਮੁਸ਼ਕਲ ਦੇ ਨਾਲ ਜੇ ਕਹਾਂਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਤਲਾ ਜਿਹਾ ਬੰਦਾ ਹੀ ਇੱਥੋਂ ਨਿਕਲ ਕੇ ਨੀਚੇ ਆ ਸਕਦਾ, ਕੋਈ ਖਾਸ ਵੱਡਾ ਭਾਰਾ ਸਰੀਰ ਦਾ ਜਿਹੜਾ ਬੰਦਾ ਹੋਏਗਾ ਉਹ ਨਹੀਂ ਆ ਸਕਦਾ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਇਹ ਜਗ੍ਹਾ ਬੜੀ ਕੰਜਸਟਡ ਜੀ ਹੈਗੀ ਜਿਸ ਤਰੀਕੇ ਨਾਲ ਇਹ ਸਰੀਏ ਲੱਗੇ। ਮੈਂ ਕੋਸ਼ਿਸ਼ ਕਰਾਂਗਾ ਦੂਸਰੇ ਪਾਸੇ ਉੱਪਰਲੇ ਪਾਸਿਓਂ ਵੀ ਤਸਵੀਰਾਂ ਦਿਖਾਲਣ ਵੀ ਆ, ਤੇ ਇਹ ਅਸੀਂ ਛੱਤ ਵਾਲੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਟੀਨ ਸੀਗਾ ਜਿਸ ਤਰੀਕੇ ਦੇ ਨਾਲ ਆਹ ਟੀਨ ਰੱਖਿਆ ਗਿਆ ਇਸੇ ਤਰੀਕੇ ਨਾਲ ਆਹ ਟੀਨ ਵੀ ਇਹਦੇ ਉੱਪਰ ਸੀਗਾ। ਔਰ ਮਹਿਜ 8-8 ਇੰਚ ਦੀ ਜਗ੍ਹਾ ਹੈਗੀ ਹੈ, ਜੇ ਮੈਂ ਗਲਤ ਨਹੀਂ ਹੈਗਾ ਇੰਚੀ ਟੇਪ ਦੇ ਹਿਸਾਬ ਨਾਲ, ਇੱਥੋਂ ਲੈ ਕੇ ਇੱਥੇ ਤੱਕ 8 ਇੰਚ ਦੀ ਜਗ੍ਹਾ ਹੈਗੀ ਆ। ਇੱਥੋਂ ਚਾਦਰ ਜਿਹੜੀ ਟੀਨ ਹੈ ਪੱਟੀ ਗਈ ਆ, ਪੱਟਣ ਤੋਂ ਬਾਅਦ ਕਿਸੇ ਪਤਲੇ ਸ਼ਖਸ ਨੂੰ ਇੱਥੋਂ ਨੀਚੇ ਉਤਾਰਿਆ ਗਿਆ, ਜਿਹਨੇ ਕਿ ਅੰਦਰ ਜਾ ਕੇ ਜਿਹੜੀ ਮੋਬਾਈਲ ਵਗੈਰਾ ਸੀਗੇ ਉਹ ਚੋਕ ਕੇ ਲਿਆਉਂਦੇ ਗਏ। ਔਰ ਦੂਸਰੀ ਗੱਲ, ਇਹ ਸਪੀਕਰ ਜਿਹੜਾ ਪਿਆ ਇੱਥੇ, ਇਹ ਸਪੀਕਰ ਇੱਥੇ ਨਹੀਂ ਸੀਗਾ, ਸਪੀਕਰ ਵੀ ਬਿਲਕੁਲ ਜਿੱਥੇ ਮੋਬਾਈਲ ਚੋਰੀ ਹੋਇਆ ਉਹਦੇ ਲਾਗੇ ਪਿਆ ਸੀਗਾ, ਉੱਥੋਂ ਚੱਕ ਕੇ ਲਿਆਂਦਾ ਗਿਆ। ਹੋ ਸਕਦਾ ਜਿਹੜੀ ਇਹ ਜਗ੍ਹਾ ਦੀ ਗੱਲ ਕਰ ਰਿਹਾ ਮੈਂ ਜਿੱਥੋਂ ਦੀ ਜਿਹੜਾ ਚੋਰ ਅੰਦਰ ਨਿਕਲਿਆ ਹੈਗਾ ਉੱਥੋਂ ਇਹ ਸਪੀਕਰ ਉੱਪਰ ਨਹੀਂ ਆ ਸਕਿਆ, ਇਸੇ ਕਰਕੇ ਸਪੀਕਰ ਛੱਡ ਗਏ ਉਹ। ਸਪੀਕਰ ਦਾ ਸਾਈਜ਼ ਜਿਹੜਾ ਸੀਗਾ ਇਸ ਮੁਕਾਬਲੇ ਗ੍ਰਿਲ ਦੇ ਮੁਕਾਬਲੇ ਵੱਡਾ ਸੀ ਮੇਰੇ ਖਿਆਲ 'ਚ, ਜੇ ਮੈਂ ਗਲਤ ਨਹੀਂ ਹੈਗਾ ਤਾਂ ਇਸ ਵਾਲੀ ਜਗ੍ਹਾ ਤੋਂ, ਕਿਉਂਕਿ ਇਸ ਨੂੰ ਵੀ ਥੋੜ੍ਹਾ ਜਿਹਾ ਚੌੜਾ ਕੀਤਾ ਗਿਆ ਵਾ, ਇਸ ਜਗ੍ਹਾ ਤੋਂ ਜਿਹੜੇ ਚੋਰ ਨੂੰ ਨੀਚੇ ਉਤਾਰਿਆ ਗਿਆ ਵਾ, ਇੱਕ ਸ਼ਖਸ ਨੂੰ ਨੀਚੇ ਉਤਾਰਿਆ ਗਿਆ ਜਿਹੜਾ ਕਿ ਥੱਲਿਓ ਜਾ ਕੇ ਮੋਬਾਈਲ ਚੱਕ ਕੇ ਲੈ ਕੇ ਆ। ਔਰ ਦੂਸਰੇ ਸ਼ਖਸ ਜਿਹੜੇ ਉੱਪਰ ਸੀਗੇ ਜਾਂ ਇੱਕ ਹੋ ਸਕਦਾ ਜਾਂ ਦੋ ਹੋ ਸਕਦੇ ਆ, ਇੱਕ ਅੰਦਾਜ਼ਾ ਲਗਾ ਸਕਦਾ ਮੈਂ ਇੱਥੇ, ਉਹਨੂੰ ਮੋਬਾਈਲ ਫੋਨ ਫੜਾਇਆ ਗਿਆ, ਉਸ ਤੋਂ ਬਾਅਦ ਜਿਹੜਾ ਹੈਗਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੂਸਰੇ ਪਾਸੇ ਜਿਹੜੀ ਆਸ ਪਾਸ ਜਿਹੜੀ ਦੁਕਾਨ ਦੇ ਜਗ੍ਹਾ ਹੈਗੀ ਆ ਬਿਲਕੁਲ ਪਿੱਛੇ ਖਾਲੀ ਆ, ਓਪਨ ਏਰੀਆ ਹੈਗਾ ਵਾ। ਜੇ ਗੱਲ ਕਰਾਂ ਇਸ ਸਾਈਡ ਥਾਣੀ ਜਾਂ ਪੌੜੀ ਵਗੈਰਾ ਲਗਾ ਕੇ ਉੱਪਰ ਆਏ ਆ, ਛੱਤ ਆਏ, ਛੱਤ ਤੋਂ ਬਾਅਦ ਆ ਕੇ ਇਹਨਾਂ ਨੇ ਟੀਨਾਂ ਨੂੰ ਤੋੜਿਆ, ਤੋੜਨ ਤੋਂ ਬਾਅਦ ਇਹ ਵਾਲੀ ਜਗ੍ਹਾ ਤੋਂ ਜਿਹੜਾ ਨੀਚੇ ਗਏ ਨੇ ਉਹ ਚੋਰ, ਔਰ ਚੋਰੀ ਵਾਲੀ ਘਟਨਾ ਨੂੰ ਅੰਜਾਮ ਦਿੱਤਾ। ਸੰਨਮਾਰੀ ਦੇਖ ਲਓ ਤੁਸੀਂ ਕਿਸ ਤਰੀਕੇ ਨਾਲ ਕੀਤੀ ਗਈ ਇਹਨਾਂ ਵੱਲੋਂ, ਕਿ ਛੱਤ ਤੋਂ ਜਿਹੜੀ ਟੀਨ ਸੀਗੀ ਉਹਨੂੰ ਹਟਾਇਆ ਗਿਆ, ਹਟਾਉਣ ਤੋਂ ਬਾਅਦ ਕਿਸੇ ਪਤਲੇ ਸ਼ਖਸ ਨੂੰ, ਪਤਲੇ ਚੋਰ ਨੂੰ ਨੀਚੇ ਉਤਾਰਿਆ ਗਿਆ ਜਿਹੜਾ ਕਿ ਅੰਦਰੋਂ ਦੁਕਾਨ ਦੇ ਅੰਦਰੋਂ ਸਮਾਨ ਚੋਰੀ ਕਰਕੇ ਲੈ ਕੇ ਆਇਆ। ਤਾਂ ਬਿਲਕੁਲ ਤਸਵੀਰਾਂ ਉੱਪਰੋਂ ਵੀ ਤੁਹਾਨੂੰ ਦਿਖਾ ਲਈਆਂ ਸੀ, ਨੀਚੋਂ ਵੀ ਦਿਖਾ ਦਿੱਤੀਆਂ ਕਿ ਕਿਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬਿਲਕੁਲ ਪਤਲੇ ਜਿਹੇ ਸ਼ਖਸ ਨੂੰ ਇਸ ਜਿਹੜੀ ਛੱਤ ਜਿਹੜੀ ਸਰੀਏ ਲੱਗੇ ਹੈਗੇ
ਉਸ ਤੋਂ ਨੀਚੇ ਉਤਾਰਿਆ ਗਿਆ। ਔਰ ਇਹ ਜਿਹੜਾ ਸਪੀਕਰ ਤੁਸੀਂ ਦੇਖ ਰਹੇ ਹੋ ਉੱਪਰ ਪਿਆ ਹੈਗਾ ਜਿਹੜਾ ਸਪੀਕਰ, ਇਹ ਬਿਲਕੁਲ ਉਹ ਵੀ ਜਗ੍ਹਾ ਦਿਖਾਉਂਦੇ ਕਿੱਥੇ ਕਿਸ ਜਗ੍ਹਾ ਤੇ ਪਿਆ ਸੀਗਾ। ਔਰ ਜਿਹੜੇ ਮਾਲਿਕ ਹੈਗੇ ਦੁਕਾਨ ਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਸਪੀਕਰ ਜਿਹੜਾ ਹੈ ਬਿਲਕੁਲ ਇਸ ਜਗ੍ਹਾ ਤੇ ਇਸ ਸਪੀਕਰ ਦੇ ਨਾਲ ਉਹ ਜਿਹੜਾ ਸਪੀਕਰ ਪਿਆ ਹੈਗਾ ਉਹ ਇੱਥੇ ਪਿਆ ਸੀਗਾ, ਇੱਥੋਂ ਚੱਕ ਕੇ ਉੱਥੇ ਤੱਕ ਲਿਆਇਆ ਗਿਆ। ਕਾਰਨ ਕੀ ਆ ਕਿ ਉੱਥੋਂ ਉੱਪਰ ਕਿਉਂ ਨਹੀਂ ਲੈ ਕੇ ਜਾ ਸਕੇ, ਇਹ ਤਸਵੀਰਾਂ ਤੁਹਾਨੂੰ ਮੈਂ ਉੱਪਰੋਂ ਦਿਖਾਤੀਆਂ ਹੈਗੀਆਂ ਕਿ ਜਿਹੜੇ ਸ਼ਖਸ ਨੇ ਇਸ ਸਪੀਕਰ ਨੂੰ ਉੱਥੇ ਤੱਕ ਲੈ ਗਿਆ ਉਹ ਪਤਲਾ ਸੀਗਾ, ਇਸ ਕਰਕੇ ਉਹ ਥੱਲੇ ਵੀ ਆ ਗਿਆ ਤੇ ਬਾਹਰ ਵੀ ਚਲਿਆ ਗਿਆ ਇਸ ਦੁਕਾਨ ਤੋਂ ਚੋਰੀ ਕਰਕੇ। ਪਰ ਸਪੀਕਰ ਦਾ ਸਾਈਜ਼ ਥੋੜਾ ਵੱਡਾ, ਜੇ ਮੈਂ ਗਲਤ ਨਹੀਂ ਹੈਗਾ ਤਾਂ ਸਪੀਕਰ ਦਾ ਸਾਈਜ਼ ਫੋਟੋ ਬਾਈ ਫੋਟੋ ਦਾ ਹੈਗਾ ਆ, ਜਿਹਦੇ ਕਰਕੇ ਸਪੀਕਰ ਉੱਪਰ ਨਹੀਂ ਜਾ ਸਕਿਆ ਤੇ ਇਸ ਤਰ੍ਹਾਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਭਾਈ ਸਾਹਿਬ ਕਿੱਦਾਂ ਪਤਾ ਲੱਗਾ ਤੁਹਾਨੂੰ ਕਿ ਦੁਕਾਨ ਦੇ ਉੱਤੇ ਥੈਫਟ ਹੋਈ ਹੈ? ਸੀਸੀਟੀਵੀ ਚਲੋ ਨਹੀਂ ਹੈਗੇ, ਇੱਕ ਕੈਮਰਾ ਜਿਹੜਾ ਸੀਗਾ ਚੱਲਦਾ ਸੀ ਉਹ ਵੀ ਤੋੜ ਗਏ ਉਹ। ਤਕਰੀਬਨ 11 ਤੋਂ 11:30 ਦੇ ਵਿੱਚ ਮੇਰੇ ਫਾਦਰ ਸਾਹਿਬ ਸ਼ੋਪ ਤੇ ਆਏ, ਉਹਨਾਂ ਨੇ ਸ਼ਟਰ ਚੱਕਿਆ ਤਾਂ ਘਰ ਮੇਰੇ ਮਦਰ ਜੀ ਨੂੰ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਦੱਸਿਆ ਤੇ ਫਿਰ ਮੌਕੇ ਤੇ ਮੈਂ ਇੱਥੇ ਪਹੁੰਚਿਆ ਤਾਂ ਦੇਖਿਆ ਆਹ ਕੰਮ ਹੋਇਆ ਹੋਇਆ ਸੀ। ਤਾਂ ਇੱਥੇ ਕੋਈ ਸੇਫ ਨਹੀਂ ਹੈਗਾ। ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਯੂਪੀ ਤੋਂ ਬਾਹਰੋਂ ਬਿਜ਼ਨਸ ਨੂੰ ਪ੍ਰਮੋਟ ਕਰਾਂਗੇ, ਜਿਹੜੇ ਛੋਟੇ ਛੋਟੇ ਬਿਜ਼ਨਸਮੈਨ ਸਾਡੇ ਵਰਗੇ 10-11 ਸਾਲ ਦੀ ਮਿਹਨਤ ਕਰਕੇ ਜਿਹੜੀ ਅੱਜ ਉਹ ਚੱਲ ਗਈ। ਭਗਵੰਤ ਮਾਨ ਸਾਹਿਬ 11 ਸਾਲ ਮੈਂ ਪਿੱਛੇ ਚੱਲ ਗਿਆ, ਬਾਹਰੋਂ ਗੋਰੇ ਕੰਮ ਕਰਨ ਆਣਗੇ ਇੱਥੇ ਬਿਜ਼ਨਸ ਪ੍ਰਮੋਟ ਹੋਊਗਾ। ਆ ਕੀ ਰੰਗਲਾ ਪੰਜਾਬ, ਇਹ ਗੰਦਲਾ ਪੰਜਾਬ ਹੋ ਗਿਆ, ਚਿੱਟਿਆਂ ਦਾ ਪੰਜਾਬ ਹੋ ਗਿਆ। ਦਰਿਆ ਕਹਿੰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਿਰਤ ਕਰਕੇ ਕਮਾਓ, ਸਾਡੀ ਕਿਰਤ ਨਾ ਛੇੜਛਾੜ ਹੋ ਰਹੀ ਆ। ਨੁਕਸਾਨ ਭਾਜੀ ਬਹੁਤ ਹੋ ਗਿਆ, ਹਜੇ ਬਾਕੀ ਦੇਖਿਆ ਜਾਊਗਾ। ਮੋਬਾਈਲ ਸਾਰੇ 5G ਫੋਨ ਆ, ਤੁਹਾਨੂੰ ਪਤਾ ਆ 5G ਦੀ ਕੋਸਟ ਕਿੰਨੀ ਆ, 15-20-25 ਹਜ਼ਾਰ ਦਾ ਕੋਈ ਫੋਨ ਆ ਤਾਂ 25-30 ਫੋਨ ਚੋਰੀ ਹੋ ਗਏ ਆ, ਤਾਂ ਤੁਸੀਂ ਆਪ ਕੈਲਕੂਲੇਸ਼ਨ ਕਰ ਸਕਦੇ। ਬਾਕੀ ਅਸੀਂ ਸਾਰਾ ਸਟੱਡੀ ਕਰਾਂਗੇ ਕੀ ਚੋਰੀ ਹੋਇਆ ਆ, ਹੋ ਸਕਦਾ ਜ਼ਿਆਦਾ ਵੀ ਹੋਇਆ ਹੋਊਗਾ। ਪੁਲਿਸ ICP ਕੀ ਕਹਿਣਾ ਪੁਲਿਸ ਦਾ? ਹਾਂਜੀ, ਪੁਲਿਸ ਵੀ ਕਾਫੀ ਮੁਸ਼ੱਦਤ ਕਰਨ ਤੋਂ ਬਾਅਦ ਕਾਫੀ ਦੇਰ ਬਾਅਦ ਆਈ ਆ, ਪਹੁੰਚੀ ਆ, ਬਿਆਨ ਲੈ ਗਈ ਆ। ਬਾਕੀ ਦੇਖਦੇ ਆ ਕਾਰਵਾਈ ਕੀ ਹੁੰਦੀ ਆ, ਕੀ ਅਸੀਂ ਕੀ ਉਮੀਦ ਕਰ ਸਕਦੇ ਆ। ਇੱਥੇ ਆਸ-ਪਾਸ ਦੇ ਸੀਸੀਟੀਵੀ ਵੀ ਚੈੱਕ ਕੀਤੇ ਤੁਹਾਡੇ ਵੱਲੋਂ ਜਾਂ ਪੁਲਿਸ ਵੱਲੋਂ? ਸੋ ਇਹ ਤਾਂ ਪੁਲਿਸ ਦਾ ਕੰਮ ਹੈਗਾ, ਹੁਣ ਅਸੀਂ ਕਿਸੇ ਨੂੰ ਇਦਾਂ ਫੋਰਸ ਨਹੀਂ ਕਰ ਸਕਦੇ, ਕੋਈ ਵੀਡੀਓ ਦਿੰਦਾ ਵੀ ਨਹੀਂ ਹੈਗਾ। ਪੁਲਿਸ ਚਾਹਵੇ ਤਾਂ ਤੁਸੀਂ ਸਮਝਦਾਰ ਆ, ਮਿੰਟ ਸਕਿੰਟ ਕੀ ਸਕਿੰਟਾਂ ਚ ਕਰ ਸਕਦੀ ਆ। ਤਾਂ ਬਿਲਕੁਲ ਇਸ ਵੇਲੇ ਦੇ ਮਿੱਠਾਪੁਰ ਦੀ ਜਿਹੜੀ ਦੁਕਾਨ ਹੈਗੀ ਆ ਟਾਂਗਰਾ ਮੋਬਾਈਲ ਸ਼ੋਪ, ਜਿੱਥੇ ਕਿ ਸੰਨਮਾਰੀ ਕੀਤੀ ਗਈ ਹੈ ਪੁਲਿਸ ਚੋਰ ਵੱਲੋਂ, ਤੇ ਹੁਣ ਪੁਲਿਸ ਕਿੰਨੀ ਕੁ ਤੇਜ਼ ਤਰਾਰ ਹੋ ਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਉਹਨਾਂ ਚੋਰਾਂ ਨੂੰ ਫੜਦੀ ਹੈ, ਇਹ ਤਾਂ ਉਹਨਾਂ ਵਾਲਾ ਸਮਾਂ ਹੀ ਦੱਸੇਗਾ। ਪਰ ਫਿਲਹਾਲ ਨੁਕਸਾਨ ਤਾਂ ਹੋਇਆ, ਇਸ ਕਰਕੇ ਨਵੀਂ ਅਤੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube, Facebook, Instagram, X और WhatsApp चैनल पर।